ਇੱਕ ਆਰਟੀਕਲ ਪੜ੍ਹਿਆ, ਕਹਿੰਦੇ ਲਿਬਰਲ ਇੱਕ ਹੋਰ ਹੋਮ ਐਕੁਇਟੀ ਟੈਕਸ ਲੈ ਕੇ ਆ ਰਿਹਾ, ਤੁਹਾਨੂੰ ਕੀ ਲੱਗਦਾ ਠੀਕ ਹੈ? ਦੇਖੋ ਜੀ, ਇਹ ਜਿਹੜਾ ਲਿਬਰਲ ਨਵਾਂ ਹੋਮ ਐਕੁਇਟੀ ਟੈਕਸ ਪ੍ਰਪੋਜ਼ ਕਰਨ ਜਾ ਰਹੇ ਨੇ, ਇਹ ਮੈਨੂੰ ਤਾਂ ਬਿਲਕੁਲ ਹੀ ਬੇਤੁੱਕਾ ਲੱਗਦਾ। ਜਦੋਂ ਤੁਸੀਂ ਘਰ ਲੈਂਦੇ ਹੋ, ਪਹਿਲਾਂ ਤਾਂ ਲੈਂਡ ਟ੍ਰਾਂਸਫਰ ਟੈਕਸ ਦਿਓ, ਉਸ ਤੋਂ ਬਾਅਦ ਤੁਸੀਂ ਉਹਦੀਆਂ ਯੂਟੀਲਿਟੀਜ਼ ਪੇ ਕਰੋ, ਪ੍ਰੋਪਰਟੀ ਟੈਕਸ ਪੇ ਕਰੋ, ਯੂਟੀਲਿਟੀਜ਼ ਦੇ ਉੱਤੇ ਹੁਣ ਤੁਸੀਂ ਜਿਹੜਾ ਆ ਕਾਰਬਨ ਟੈਕਸ ਪੇ ਕਰੋ, ਟੈਕਸ ਆਫਟਰ ਟੈਕਸ ਆਫਟਰ ਟੈਕਸ। ਹੁਣ ਜਦੋਂ 25 ਸਾਲ ਇੱਥੇ ਤੁਸੀਂ ਆਪਣੀ ਹੱਡ ਭੰਨਵੀਂ ਮਿਹਨਤ ਕਰਕੇ ਇੱਕ ਘਰ ਫ੍ਰੀ ਕਰ ਲੈਂਦੇ ਹੋ, ਅਤੇ ਗੌਰਮੈਂਟ ਇਹ ਚਾਹੁੰਦੀ ਹੈ ਵੀ ਹੁਣ ਅਸੀਂ ਉਹਦੇ ਉੱਤੇ ਵੀ ਟੈਕਸ ਦਈਏ, ਇਹ ਬਿਲਕੁਲ ਹੀ ਨਾਇਨਸਾਫ਼ੀ ਵਾਲੀ ਔਰ ਬਿਲਕੁਲ ਹੀ ਬੇਤੁਕੀ ਗੱਲ ਹੈ। ਹੁਣ ਜਰਾ ਸੋਚੋ ਵੀ ਇਹ ਸਾਡੇ ਤੋਂ ਟੈਕਸ ਲੈ ਕੇ ਇਨਕਮ ਜਾਣੀ ਕਿੱਥੇ ਹੈ? ਆ ਜਿਹੜੇ ਆਪਣੇ ਚਹੇਤੇ ਆ ਉਹਨਾਂ ਦੀਆਂ ਜੇਬਾਂ 'ਚ, ਜਾਂ ਜੇ ਇਹੀ ਹਾਲ ਰਿਹਾ ਤਾਂ ਜਿਹੜੇ ਧੜਾਧੜ ਬੰਦੇ ਇੱਥੇ ਆਏ ਸੀ ਉਹ ਆਪਣੇ ਮੁਲਕਾਂ ਨੂੰ ਵਾਪਸ ਜਾਣਾ ਸ਼ੁਰੂ ਕਰ ਦੇਣਗੇ, ਇੱਥੇ ਰਹਿਣਾ ਕਿੰਨੇ ਆ?